ਜਨਾਬ ਬਹੁਤ ਮੁਹੱਬਤਾਂ ਨਾਲ ਆਏ ਨੇ ਸਾਨੂੰ ਮਿਲਣ ਵਾਸਤੇ, ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬੀ ਦੇਵੇ ਜੀ। ਬਾਅਦ ਨੇ ਅਸਾਂ ਤੁਹਾਡੀ ਵੀਡੀਓ ਦੇਖ ਦੇਖ ਕੇ ਸੀਜ਼ੋ ਕੀਤੀ ਹੈ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਖੈਰ ਖੈਰੀਅਤ ਉਮੀਦ ਕਰੇ ਨਾ ਤੁਸੀਂ ਠੀਕ ਹੋ। ਸੋ ਮੈਂ ਵੀ ਠੀਕ ਹਾਂ ਅਲਹਮਦੁਲਿਲਾ ਭਾਈ ਜਾਨ। ਨਵੀਂ ਵੀਡੀਓ ਦੇ ਨਾਲ ਹਾਜ਼ਰ ਥੇ, ਵੀਡੀਓ ਮੁਕੰਮਲ ਲਿਖਾਏ। ਅੱਛਾ ਤਾਂ ਭਾਈ ਜਾਨ, ਕਾਫੀ ਦੋਸਤ ਇੰਤਜ਼ਾਰ ਦੇ ਵਿੱਚ ਆਣ ਕੇ ਤੁਸੀਂ ਸੁਪਰ ਗੱਡੀ ਤਿਆਰ ਕਰਾ ਕੇ ਕੁਏਟਾ ਗਏ ਹੋ, ਕੁਏਟਾ ਤੋਂ ਕਰਾਚੀ, ਕਰਾਚੀ ਤੋਂ ਲਾਹੌਰ, ਲਾਹੌਰ ਤੋਂ ਮੁਲਤਾਨ, ਉਹਦਾ ਅਖਰਾਜਾਤ, ਖਰਚਾ, ਟੋਲ ਪਲਾਜ਼ੇ ਸਾਰੀ ਮਲੂਮਾਤ ਲਿਓ। ਤਾਂ ਮੇਰੇ ਡੇਰ ਬਿਰਾ ਇੰਤਜ਼ਾਰ ਦੇ ਵਿੱਚ ਹਨ ਬਾਈ ਜਾਨ। ਮਲੂਮਾਤ ਇਹ ਜਨਾਬ, ਅਸੀਂ ਇੱਥੋਂ ਟੈਂਕੀ ਫੁੱਲ ਕਰਾ ਕੇ ਮਾਲ ਲੋਡ ਕੀਤੇ, ਅਸਾਂ 50,000 ਰੁਪਏ ਦਾ ਕੁਏਟਾ ਪਹੁੰਚ ਗਏ। ਕੁਏਟਾ ਦੇ ਵਿੱਚ ਸਾਡੇ ਕੋਲ ਪੈਸੇ ਥੋੜ੍ਹੇ ਹਨ, ਪੇਸ਼ਕੀ ਕੋਈ ਨਾ ਆਈ। ਉੱਥੋਂ ਅਸਾਂ 200 ਲੀਟਰ ਡੀਜ਼ਲ ਪਵਾ ਕੇ ਅਤੇ ਅਸਾਂ ਉੱਥੋਂ ਫਿਰ 85,000 ਦਾ ਸੇਬ ਲੋਡ ਕੀਤੇ। ਕੁਝ ਪੇਟੀਆਂ ਵੱਧ ਗਏ ਨਾ, 98,000 ਬਣ ਗਏ। 85 ਦੇ ਲਾਈ ਆਈ, 98 ਬਣ ਗਏ। ਅਸਾਂ ਜਨਾਬ ਉੱਥੇ ਪਹੁੰਚ ਗਏ ਕਰਾਚੀ। ਰਸਤੇ 'ਚ ਜੋ ਸਾਡੇ ਨਾਲ ਸੂਰਤ ਹਾਲ ਗੁਜ਼ਰੀ, ਬਰੇਕ ਵਾਲੀ, ਉਹ ਵੀ ਤੁਸੀਂ ਦੇਖ ਕੀਤੀ। ਕਰਾਚੀ ਤੋਂ ਜਨਾਬ ਅਸਾਂ ਗੱਡੀ ਖਾਲੀ ਗੱਡੀ ਹੈਦਰਾਬਾਦ, ਹੈਦਰਾਬਾਦ ਤੋਂ ਕੇਲਾ ਲੋਡ ਕੀਤਾ ਡੰਡੋਆਲਾ ਯਾਰ ਦੇ ਵਿੱਚੋਂ। ਕੇਲਾ ਲੋਡ ਕਰਕੇ ਜਨਾਬ ਅਸਾਂ ਲਾਹੌਰ ਖਾਲੀ ਕੀਤੀ ਹੈ ਗੱਡੀ। ਲਾਹੌਰ ਖਾਲੀ ਕਰਕੇ ਅਸਾਂ ਆ ਗਏ ਸੀ ਮੁਲਤਾਨ। ਮੁਲਤਾਨ ਪਹੁੰਚੇ ਹਾਂ ਜਨਾਬ, ਸਾਡੇ ਕੋਈ ਚੱਕਰ ਲੱਗਾ ਹੋਇਆ ਹਾ, 2,80,000 ਰੁਪਏ ਦਾ ਸਾਡੇ ਚੱਕਰ ਬਣੇ। 1,40,000 ਆਈ ਕਿਰਾਇਆ ਕੇਲੇ ਦਾ, 2,80,82,000 ਤਕਰੀਬਨ ਸਾਡੀ ਮਜ਼ਦੂਰੀ ਬਣੀ ਹੈ ਟੋਟਲ ਜਨਾਬ। ਅਤੇ ਹਾਂ, ਸਭ ਤੋਂ ਪਹਿਲਾਂ ਤੁਹਾਨੂੰ ਟੂਲ ਪਲਾਜ਼ਾ ਦੱਸੀ ਵਈਆਂ, FB ਅਤੇ ਮਜ਼ਦੇ ਕੋਲੋਂ 100 ਕਿਲੋਮੀਟਰ ਦੇ ਵਿੱਚ ਮੋਟਰਵੇ ਦੇ ਉੱਤੇ 300 ਰੁਪਇਆ ਟੂਲ ਪਲਾਜ਼ਾ ਹੀ ਗੱਡੀ ਕੋਲ 100 ਕਿਲੋਮੀਟਰ ਦੇ ਵਿੱਚ ਫਾਲਤੂ ਪਾਉਂਦੇ। ਅੱਗਾ ਜਜਮੈਂਟ ਆਪ ਲਾ ਕੇ ਨਾ ਹੈ ਕਿ ਕੀਤੀ ਸਫ਼ਰ ਕਰੇ ਕਿਤਨਾ ਪੋਸੀ, ਯਾਨੀ ਕਿ 100 ਕਿਲੋਮੀਟਰ ਮੋਟਰਵੇ ਦੇ ਉੱਤੇ ਸਾਡੀ ਗੱਡੀ ਸਫ਼ਰ ਕਰੇ, ਮਜ਼ਦਾ ਵੀ ਕਰੇ, ਤਾਂ ਮਜ਼ਦੇ ਕੋਲੋਂ FB ਕੋਲੋਂ 300 ਰੁਪਇਆ ਫੀ 100 ਕਿਲੋਮੀਟਰ ਸਾਡੀ ਗੱਡੀ ਵੱਡੀ ਦਾ ਟੂਲ ਪਲਾਜ਼ਾ ਜ਼ਿਆਦਾ ਹੈ। ਔਰ ਇਹ ਸਾਡੇ 17 ਟਨ ਕਾਗਜ਼ਾਂ ਦੇ ਵਿੱਚ ਵੀ ਪਾਸ ਹੈ। 240-42 ਮਣ ਕੇਲਾ ਆਈ ਜਨਾਬ, 17 ਟਨ ਤੋਂ ਵੀ ਗੱਡੀ ਘੱਟ ਆਈ ਮੋਟਰਵੇ ਦੇ। ਜਿੱਥੋਂ ਅਸਾਂ ਚੜ੍ਹੇ ਕੋਈ ਪ੍ਰੋਬਲਮ ਕਹਿ ਨਹੀਂ ਬਣਿਆ, ਬਲਕਿ ਅਸਾਂ ਤਾਂ ਚੜ੍ਹੀ ਕਹਿ ਨਹੀਂ, ਸਾਰਾ ਰਸਤਾ ਥੱਲੇ ਥੱਲੇ ਗਏ। ਕੰਡਿਆਂ ਵਾਲਿਆਂ ਸਾਗੂ ਰੋਕੇ, ਮਗਰ ਕੋਈ ਮਸਲਾ ਕਹਿ ਨਹੀਂ ਬਣਿਆ। ਮੋਟਰਵੇ ਵਾਲੀਆਂ ਬਿਲਟੀਆਂ ਪਰਚੀਆਂ ਸਾਡੀਆਂ ਵਜ਼ਨ ਨੇ ਡਿਠੀਆਂ ਦੇਖ ਕੇ ਛੋੜ ਦਿੱਤੀਆਂ ਨੇ। ਵਜ਼ਨ ਦਾ ਕਹੀਂ ਜਾ ਸਾਗੂ ਚਲਾਉਣ ਕੋਈ ਨਹੀਂ ਥਿਆ। ਅੱਛਾ ਤਾਂ ਜਨਾਬ ਵਾਪਸੀ ਆ ਗਏ ਸੀ ਜਨਾਬ, ਕੋਈ ਸ਼ੈ ਕਹਿ ਨਹੀਂ ਬਚੀ। 450 ਲੀਟਰ ਤੇਲ ਗੱਡੀ ਮੁਲਤਾਨ ਤੋਂ ਕਰਾਚੀ ਤੱਕ ਪੀਤੇ। ਕਰਾਚੀ 'ਚੋਂ ਅਸਾਂ ਵੱਲ ਦੀ ਟੈਂਕੀ ਭਰਾ ਕੇ ਮਗਲੌਰ ਖਾਲੀ ਕਰਕੇ ਇੱਥੇ ਆ ਗਏ ਸੀ। ਜਲੇ ਇੱਥਾਂ ਆਏ ਸੀ, ਸਾਡੇ ਕੋਲ ਸਿਰਫ 1.5 ਲੱਖ ਰੁਪਿਆ ਤੇਲ ਭਰਾਉਂਗਾ ਤਾਂ 1 ਲੱਖ ਰੁਪਏ ਦਾ ਤੇਲ ਆਉਂਦਾ, 1 ਲੱਖ ਰੁਪਏ ਤੋਂ ਟੱਪ ਬਣਿਆ। ਪਿੱਛੋਂ ਜਿਹੜਾ 40-45 ਬਚਦਾ ਉਹ ਸਾਡੀ ਪੇਸ਼ਕੀ ਆਈ। ਇਹ ਚੱਕਰ ਦੇ ਵਿੱਚ ਗੱਡੀ ਕੋਈ ਚੀਜ਼ ਕਹਿ ਨਹੀਂ ਬਚਾਈ, 4 ਕਿਲੋਮੀਟਰਾਂ ਦੀ ਐਵਰੇਜ ਦਿੱਤੀ ਸੀ। ਉਹ ਇੰਜਣ ਦੇ ਵਿੱਚ ਪੰਪ ਦੇ ਵਿੱਚ ਫਾਲਟ ਆਈ ਗੱਡੀ ਦਾ, ਮੇਕੂ ਬਣ ਕੇ ਤੇਰੇ ਪਤਾ ਲੱਗੇ। ਕਿਉਂਕਿ ਗੱਡੀ ਤੂੰ ਤਿਆਰ ਥਈਏ, ਤਿਆਰ ਕਰਾ ਕੇ ਮੈਂ ਗਾਰਮ, ਤੁਹਾਡਾ ਬਤਰੀਜਾ ਬਿਮਾਰ ਹੈ, ਮੈਂ ਆਉਂਦਾ ਕਹਿ ਨਹੀਂ ਰਿਹਾ। ਗੱਡੀ ਅੱਜ ਸਾਹਿਬ ਹੋਰੀ ਤਿਆਰ ਕਰਵੇਂ ਦੇ ਰਹਿ ਗਏ, ਇੰਜਣ ਜਿਵੇਂ ਚਾਹੀਏ ਨੂੰ ਆ ਕੇ ਵਿੱਚ ਰੱਖ ਦਿੱਤੇ ਨੇ, ਖੋਲਿਆ ਛੋਲਿਆ ਕਹਿ ਨਹੀਂ ਨੇ, ਸਟਾਰਟ ਕਰਤੇ ਗੱਡੀ ਰਵਾਨੀ ਕਰ ਦਿੱਤੀ ਹੈ। ਬਾਈ ਜਾਨ ਗੱਡੀ ਜਲਾਲਪੁਰ ਪਹੁੰਚ ਗਈ ਹੈ, ਲੋਡ ਕੀਤੀ ਹੈ। ਮੈਂ ਹਾਜੀ ਸਾਹਿਬ ਕੋ ਆ ਕੇ ਵੀ ਮੈਂ ਸਮਝਦਾ ਪਿਆ ਦੇਰੇ ਤੋਂ ਅੱਗੋਂ ਪਹਾੜ ਸ਼ੁਰੂ ਥੀ ਵੈਸੇ ਨਾ, ਮੈਂ ਗੱਡੀ ਚਲੇ ਸਾਂ ਅਤੇ ਤੁਸਾਂ ਜਿਹੜਾ ਇਹਨਾਂ ਰੈਸਟ ਕਰਾਏ, ਇੱਥੋਂ ਗੱਡੀ ਤੁਸਾਂ ਚਲਾਓ। ਹਾਜੀ ਸਾਹਿਬ ਹੋਰੀ ਆ ਕੇ ਠੀਕ ਹੈ, ਹਾਜੀ ਸਾਹਿਬ ਹੋਰੀ ਗੱਡੀ ਚਲਾਈ ਗਏ, ਮੈਂ ਪਿੱਛਾ ਸੁੱਤਾ ਰਹੀਆਂ। ਬਾਂਝ ਕੇ ਅਸਾਂ ਸਵੇਰੇ ਮੈਂ ਉੱਠਿਆਂ ਜਨਾਬ ਸਖੀ ਸਰਵਰ, ਸਖੀ ਸਰਵਰ ਦੇ ਵਿੱਚੋਂ ਸਵੇਰੇ ਜਲ ਰਵਾਨੇ ਥੀਵਣ ਪਏ ਤਾਂ ਮੈਂ ਡੱਬਾ ਚਾਹ ਤੇ ਗੱਡੀ ਕੋ ਵੀ ਦੇਖਭਾਲ ਕਰਾਂ ਅਤੇ ਗੱਡੀ ਦੇ ਉੱਤੇ ਪਾਣੀ ਨਿਕਲਿਆ ਹੋਇਆ ਨਾ, ਜ਼ੰਗ ਵਾਲਾ ਲੱਗਾ ਵੱਧਾ। ਮੈਂ ਬੜਾ ਪਰੇਸ਼ਾਨ ਥੀ ਗਿਆ, ਮੈਂ ਕਿਹਾ ਬਈ ਇੰਜਣ ਠੀਕ ਕਹਿ ਨਹੀਂ, ਇੰਜਣ ਬੰਦ ਹੈ ਗੱਡੀ ਦਾ ਅਤੇ ਆਵਾਜ਼ ਹੀ ਸਹੀ ਕਹਿ ਨਹੀਂ, ਅਤੇ ਕਿਆ ਬਣ ਸੀ। ਚਲੋ ਜੀ, ਕਿਸੇ ਨਾ ਕਿਸੇ ਤਰੀਕੇ ਜਾਣੀ ਕਿ ਮੈਂ ਨਾ ਪੀ ਗਿਆ।
ਕਿਸੇ ਨਾ ਕਿਸੇ ਤਰੀਕੇ ਮੈਂ ਚੱਕਰ ਪੂਰਾ ਕਰਕੇ ਆਇਆ ਬਾਈ ਜਾਨ, ਜਿਤਨੀ ਮਜ਼ਦੂਰੀ ਕੀਤੀ ਹੈ ਟੋਲ ਪਲਾਜ਼ੇ ਰੋਟੀ ਔਰ ਡੀਜ਼ਲ 'ਚ ਗੇਨ 1 ਰੁਪਿਆ ਸਾਗੂ ਕਹਿ ਨਹੀਂ ਬਚਿਆ, ਕੋਈ ਟੱਕੇ ਦੀ ਬੱਚਤ ਕੋਈ ਨਹੀਂ ਆਈ। ਇੱਥਾਂ ਆ ਗਏ ਹੁਣ ਅਗਲੀ ਸੂਰਤ ਹਾਲ ਜੋ ਵੀ ਇਹ ਪੀਰ ਆਉਂਦਾ ਪਏ ਉਹਦੇ ਨਾਲ ਥੋੜ੍ਹਾ ਜਿਹਾ ਕੰਮ ਹੈ, ਹੋਈ ਪੀਰ ਨਾਲ ਹੀ ਤੁਹਾਡੀ ਮੁਲਾਕਾਤ ਕਰਵੇਨੇ ਹੈ ਅਤੇ ਜੋ ਵੀ ਸੂਰਤ ਹਾਲ ਹੋ ਸੀ ਉਹ ਤੋਂ ਕੋਈ ਵੀਡੀਓ ਦੇ ਐਂਡ ਦੇ ਵਿੱਚ ਮੈਂ ਦੱਸੇ ਸਾਂ ਕਿ ਅਸਾਂ ਕਿਆ ਕਰਨਾ ਚਾਹੁੰਦੇ ਹਾਂ, ਵੀਡੀਓ ਮੁਕੰਮਲ ਡਿਟੀ ਕਰੋ। ਅੱਛਾ ਤਾਂ ਬਾਈ ਜਾਨ ਮੰਡੀ ਬਹੁਤ ਦਿਨ ਤੂੰ ਸਾਡੇ ਦੋਸਤ ਨੂੰ ਸਾਗੂ ਮਿਲਣ ਮੁਲਤਾਨ ਬਾਈਪਾਸ ਚੌਕ 'ਤੇ ਮੈਂ ਖੜ੍ਹਾਂ ਥੀ ਆ ਅਤੇ ਉਹਨਾਂ ਦੀ ਇੰਤਜ਼ਾਰ ਕਰੇਂਦਾ ਖੜ੍ਹਾਂ ਅਤੇ ਉਹਨਾਂ ਕੋਲ ਮਿਲਦੇ ਹੈ ਅਤੇ ਬਸ ਜੋ ਵੀ ਅਗਲੀ ਸੂਰਤ ਹੋ ਸੀ ਉਹ ਇਨਸ਼ਾਲਾ ਵੀਡੀਓ ਦੇ ਵਿੱਚ ਮੁਕੰਮਲ ਤੁਸੀਂ ਤਫਸੀਲ ਸੁਣ ਸੋ। ਅੱਗੇ ਗੱਡੀ ਦੇ ਬਾਰੇ ਮੈਂ ਤੁਹਾਨੂੰ ਪਹਿਲੇ ਕੁਝ ਮਲੂਮਾਤ ਦਿੱਤੀ ਹੈ ਕਿ ਗੱਡੀ ਚੱਕਰ ਕੋਈ ਚੀਜ਼ ਕਹਿ ਨਹੀਂ ਬਚਾਈ, ਡੀਜ਼ਲ ਹੀ ਇਤਨਾ ਪੀ ਗਈ ਹੈ ਬਾਈ ਜਾਨ, ਇਤਨਾ ਡੀਜ਼ਲ ਪੀ ਗਈ ਹੈ ਹੱਦ ਤੋਂ ਜ਼ਿਆਦਾ, ਕਿਉਂਕਿ 1 ਲੱਖ ਰੁਪਏ ਤੂੰ ਡੀਜ਼ਲ ਟੱਪ ਕੇ ਸਾਡਾ ਕਰਾਚੀ ਦੇ ਵੇਂਜਾਂ ਤੱਕ 450 ਲੀਟਰ ਡੀਜ਼ਲ ਪੀਤੇ ਗੱਡੀ, ਅੱਤਾ ਕਿ 350 ਲੀਟਰ ਪੀ ਵਿਆ, 100 ਲੀਟਰ ਡੀਜ਼ਲ ਫਾਲਤੂ ਕਰਾਚੀ ਤੱਕ ਪੀਤੇ ਗੱਡੀ, ਸਿਰਫ 100 ਵੰਜਣ ਪੀਤੇ ਤਾਂ 100 ਤਾਂ ਆਵਣ ਹੀ ਪੀਤਾ ਉਸ ਨਾ ਜੀ, 200 ਲੀਟਰ ਇਹ ਹੋ ਗਿਆ ਡੀਜ਼ਲ, ਬਾਕੀ ਗੱਡੀ ਰਸਤੇ 'ਚ ਬ੍ਰੇਕ ਤੰਗ ਕੀਤੀ ਰਹੀ, ਉਡੇ ਹੀ ਖਰਚੇ ਮਰਚੇ ਬਹੁ ਕੀਤੇ ਸੀ ਅਤੇ ਬੱਚਤ ਸਚਤ ਕੋਈ ਨਹੀਂ ਆਈ ਬਿਲਕੁਲ। ਚਲੋ ਇਹ ਮੰਡੀ ਬਹੁਤ ਹੀ ਨਾਲੇ ਦੋਸਤਾਂ ਕੋ ਮਿਲਦੇ ਹੈ, ਵੱਲ ਦੇਦੇ ਹੈ ਪ੍ਰੋਗਰਾਮ ਕਿਆ ਬਣਦੇ, ਪੀਰ ਸਾਹਿਬ ਹੋਰੀ ਵੀ ਤਾਂ ਆਉਂਦੇ ਪਿੰਡ ਸੁਪਰ ਅਤੇ ਸਾਬਕਾ ਨਾਇਕ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵੇ ਸੂੰ ਅੱਜ, ਔਰ ਸੁਪਰ ਦੀ ਇੱਕ ਪਾਲਟੀ ਵੀ ਆਉਂਦੀ ਪਈ ਹੈ, ਅਗਰ ਲੱਗ ਗਈ ਪਾਲਟੀ ਤਾਂ ਸੁਪਰ ਚੱਲੀ ਵੇ ਸੀ ਅੱਜ। ਅੱਛਾ ਤਾਂ ਬਾਈ ਜਾਨ ਮਹਿਮਾਨ ਆ ਗਏ ਨੇ, ਇਹ ਗੱਡੀ ਮੁੜਦੀ ਪਈ ਹੈ ਸੀਜ਼ੋ, ਇਹ ਮਹਿਮਾਨ ਹਨ ਜੀ ਮੰਡੀ ਬਹੁਤ ਦੀ ਨਾਲੇ, ਇਹ ਸੀਜ਼ੋ ਗੱਡੀ ਕੰਟੇਨਰ ਜਿਹੜਾ ਆ ਗਿਆ ਨਾ ਜੀ, ਇਹ ਗੱਡੀ ਹੈ, ਥੋੜ੍ਹੀ ਅੱਗੇ ਆਉਣ ਦਿਓ ਅੱਗੇ ਥੋੜ੍ਹੀ, ਬਸ ਜੀ ਬਸ, ਕਿਤੇ ਵੇਂਦਾ ਪਈ? ਅੱਛਾ ਵਾਲੇਕੁਮ ਅਸਲਾਮ ਬਾਈ ਜਾਨ, ਖੈਰੀਅਤ ਜੀ? ਠੀਕ, ਕੈਮਰੇ ਮੈਂ ਨਹੀਂ ਕਰੇ ਨਾ, ਅੱਛਾ ਤਾਂ ਬਾਈ ਜਾਨ ਇਹ ਸਾਡੇ ਦੋਸਤ ਨੇ ਮੰਡੀ ਬਹੁਤ ਦਿਨ ਤੋਂ ਆਏ ਸਾਗੋ ਮਿਲਣ ਵਾਸਤੇ, ਬਾਈ ਜਾਨ ਕਿਆ ਨਾਂ ਹੈ ਆਪਣਾ? ਮੇਰਾ ਨਾਂ ਹੈ ਮੁਹੰਮਦ ਕਾਸਿਮ ਬਾਜਵਾ। ਮੁਹੰਮਦ ਕਾਸਿਮ ਬਾਜਵਾ, ਬਾਈ ਜਾਨ ਹੋਰ ਦਾ ਨਾਸਿਰ ਬਾਈ ਜੀ, ਮੇਰਾ ਨਾਂ ਜੀ ਸ਼ੌਕਤ ਹੈ, ਮੇਰਾ ਮੀਆਂ ਵਾਲੀ ਸੇ ਤਲਬ ਹੈ। ਮੀਆਂ ਵਾਲੀ ਜੀ, ਹੋਰ ਖੈਰ ਖੈਰੀਅਤ? ਅਲਹਮਦੁਲਿਲਾ, ਸਫਰ ਅੱਛਾ ਰਹਿ ਗਏ? ਬੜਾ ਅੱਛਾ ਰਹਿ ਗਿਆ, ਹਰ ਤਰ੍ਹਾਂ ਕੋਈ ਮੁਸ਼ਕਿਲ ਤਾਂ ਨਹੀਂ ਆਈ? ਨਹੀਂ ਜੀ ਮਾਸ਼ਾਅੱਲਾ ਕੋਈ ਮੁਸ਼ਕਿਲ ਨਹੀਂ ਆਈ, ਦੁਆ ਕੋ ਮੇਰੇ ਨਹੀਂ ਬੜੀ ਚਾਹਤ ਆਈ। ਅੱਲਾ ਖੁਸ਼ ਰੱਖੇ ਜੀ, ਬਸ ਇਹਦੀ ਤਕਦੀਰੀ ਗੱਲਾਂ ਹੋਈਆਂ, ਅੱਲਾ ਤਾਲਾ ਨੇ ਟਾਈਮ ਬਣਾ ਦਿੱਤੇ ਅਤੇ ਮੁਲਾਕਾਤ ਬਾਈ ਜਾਨ ਹੋਰਾਂ ਨਾਲ ਠੀਕ ਹੈ, ਬੇਹੱਦ ਸਾਨੂੰ ਖੁਸ਼ੀ ਹੋਈ ਹੈ, ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਡੇ ਬਾਈ ਸਾਨੂੰ ਮਿਲਣਾ ਹੈ। ਅੱਛਾ ਤਾਂ ਬਾਈ ਜਾਨ ਦੋਸਤ ਵੇਂਦੇ ਪਏ ਹੁਣ, ਅੱਲਾ ਖੈਰ ਹੀ ਕਹਿਣ ਵਾਂਗੇ ਬਾਈ ਜਾਨ, ਜਨਾਬ ਬਹੁਤ ਮੁਹੱਬਤਾਂ ਨਾਲ ਆਏ ਨੇ ਸਾਗੋ ਮਿਲਣ ਵਾਸਤੇ, ਅੱਲਾ ਤਾਲਾ ਇਹਨਾਂ ਨੂੰ ਕਾਮਯਾਬੀ ਦੇਵੇ ਜੀ। ਬਾਅਦ ਦਿਨ ਅਸਾਂ ਤੁਹਾਡੀ ਵੀਡੀਓ ਦੇਖ ਦੇਖ ਕੇ ਸੀਜ਼ੋ ਕੀਤੀ ਹੈ,
ਹੁਣ ਜੀ ਪੀਰ ਦੀ ਇੰਤਜ਼ਾਰ, ਪੀਰ ਆਵੇ ਉਹਦੇ ਨਾਲ ਮੁਲਾਕਾਤ ਕਰੂੰ। ਅੱਛਾ ਤਾਂ ਬਾਈ ਜਾਨ, ਜਿਵੇਂ ਕਿ ਤੁਸੀਂ ਵੀਡੀਓ ਦੇਖ ਕੀਤੀ, ਪੀਰ ਹੋਰੀ ਦਾ ਜਾਣ ਆਏ ਕਹਿ ਨਹੀਂ, ਪੀਰ ਸਾਹਿਬ ਹੋਰੀ ਆਨੰਦ ਅਤੇ ਵੱਧ ਉਹਦੇ ਨਾਲ ਹਾਲ ਵੀ ਲੱਗ ਰਹੇ ਸੂੰ। ਅਤੇ ਇਹ ਬਾਈ ਜਾਨ ਤੁਸੀਂ ਪਹਿਲੇ ਵੀ ਮਲੂਮਾਤ ਸੁਣ ਗਈ ਦੀ ਹੀ ਵੀਡੀਓ ਦੇ ਵਿੱਚ, ਛੇਕੜ ਦੇ ਵਿੱਚ ਵਾਲਮੇ ਤੋਂ ਕੋ ਆਧਾ ਵਜਾ ਕੇ 2,80,000 81,82 ਦਾ ਚੱਕਰ ਲਏ ਸੀ ਅਤੇ ਉਹ ਖਰਚਾ ਪੂਰਾ ਥੇ ਸਿਰ। ਗੱਡੀ ਦੇ ਪੰਪ ਦੇ ਵਿੱਚ ਇੰਜਣ ਦੇ ਵਿੱਚ ਥੋੜ੍ਹਾ ਫਾਲਟ ਆ, ਹੁਣ ਫਾਲਟ ਨਿਕਲਦਾ ਪਿਆ ਅਤੇ ਪਾਲਟੀ ਆਈ ਬੈਠੀ ਇੱਕ, ਉਹ ਗੱਡੀ ਦੀ ਟੈਂਕੀ ਬਣਾਉਣਾ ਚਾਹੁੰਦੇ ਨੇ ਵਾਲੀ ਡੀਜ਼ਲ ਵਾਲੀ, ਪਹਿਲੇ ਹੀ ਟੈਂਕੀ ਆਈ, ਦੁਬਾਰਾ ਟੈਂਕੀ ਬਣਾਉਣਾ ਚਾਹੁੰਦੀ ਪਈ ਹੈ ਜਨਾਬ। ਪਾਲਟੀ ਆਈ ਬੈਠੀ ਹੈ, ਉਹ ਦਿਨ ਕਾਗਜ਼ ਆਪਣੇ ਲਾ ਗਿਨੋ, ਬਾਡੀ ਆਪਣੀ ਲਾ ਗਿਨੋ, ਸਾਕੋ ਇੰਜਣ ਡੱਬਾ ਅਤੇ ਫਰੇਮ ਦੇ ਦਿਓ, ਪੈਸੇ ਦੱਸੋ। ਬਹਿ ਜਾਣ ਉਹਨਾਂ ਨਾਲ ਮੁੱਕ ਮੁਕਾ ਥੀਂਦਾ ਪਏ, ਅਗਰ ਉਹ ਪਾਲਟੀ ਗੱਡੀ ਗਿਣਦੀ ਹੈ ਤਾਂ ਅਸਾਂ ਆਪਣੇ ਕਾਗਜ਼ਾਤ ਔਰ ਬਾਡੀ ਇਹ ਦੋ ਚੀਜ਼ਾਂ ਅਸਾਂ ਲਾ ਗਿਣਸੂੰ, ਬਈ ਗੱਡੀ ਗਿਣ ਕੇ ਉਹਦੇ 'ਤੇ ਰੱਖ ਦੇਸੂੰ ਅਤੇ ਇਹ ਗੱਡੀ ਅਸਾਂ ਦੇ ਦੇਸੂੰ। ਦੁਆ ਕਰੋ ਅੱਲਾ ਕਰੇ ਸੌਦਾ ਥੀ ਵਜੇ, ਅਗਰ ਨਾ ਥੀਆ ਤਾਂ ਕੋਈ ਮਸਲਾ ਨਹੀਂ, ਅਸਾਂ ਖੁਦ ਚਲਾ ਗਿਣਸੂੰ। ਅਤੇ ਪਿਛਲੇ ਚੱਕਰ ਦੇ ਵਿੱਚ ਕੋਈ ਬੱਚਾ ਸ਼ੱਚਤ ਕਹਿ ਨਹੀਂ ਆਈ, ਖਰਚੇ 'ਚ ਪੂਰੇ ਥੇ, ਨਵਾਂ ਇੰਜਣ ਆਈ, ਕੋਈ ਸਮਝ ਕਹਿ ਨਹੀਂ ਆਈ। ਹੁਣ ਉਹਦਾ ਪੰਪ ਸ਼ੰਪ ਹੀ ਸੈੱਟ ਥੀਂਦਾ ਪਏ, ਆਟੋਮੈਟਿਕ ਨਵਜ਼ਲਾਂ ਜਿਹੜੀਆਂ ਹਨ ਜ਼ਰਾ ਕਮਜ਼ੋਰ ਹਨ, ਉਹ ਵੀ ਸੈੱਟ ਥੀਂਦੀਆਂ ਪਏ ਨੇ। ਗੱਡੀ ਦੇ ਇੰਜਣ ਦੇ ਵਿੱਚ ਕੋਈ ਜ਼ੰਗ ਸ਼ੰਗ ਆਈ, ਉਹੀ ਸਫਾਈ ਥੀਂਦੀ ਪਈ ਹੈ। ਅਤੇ ਪਾਲਟੀ ਆਉਣ ਵਾਲੀ ਹੈ ਹੁਣੇ, ਹੁਣ ਆ ਕੇ ਜੀ ਅਸੀਂ ਆਉਂਦੇ ਪਏ, ਸਾਕੋ ਫਰੇਮ ਡੱਬਾ ਅਤੇ ਇੰਜਣ ਗੇਅਰ ਚਾਲੂ ਗੱਡੀ ਚਾਹੀਦੀ ਹੈ, ਬਾਡੀ ਅਤੇ ਕਾਗਜ਼ ਨਹੀਂ ਚਾਹੀਦੇ। ਬਾਈ ਜਾਨ ਅਗਰ ਉਹਨਾਂ ਨਾਲ ਸਹੀ ਸੌਦਾ ਥੀ ਵੇਂਦੇ ਤਾਂ ਅਸਾਂ ਕੋਈ ਬਈ ਗੱਡੀ ਗਿਣ ਕੇ ਬਾਡੀ ਉਹਦੇ ਉੱਤੇ ਰੱਖ ਦੇਸੂੰ, ਫਰੇਮ ਗਿਣਨਾ ਸੂੰ ਕਿਤੋਂ, ਅਤੇ ਕਾਗਜ਼ ਹੀ ਅਸਾਂ ਆਪਣੇ ਲਾ ਗਿਣਸੂੰ, ਕਿਉਂਕਿ ਕਾਗਜ਼ ਭਾਵੇਂ ਜਾਫਰਾਂ ਬਾਅਦ ਦਿਨ ਕਾਗਜ਼ ਇੱਕ ਨੰਬਰ ਹਨ, ਸਾਫ਼ ਸੁਥਰੇ ਕਾਗਜ਼ ਹਨ, ਕਾਗਜ਼ਾਂ ਦੇ ਉੱਤੇ ਨਾ ਕੋਈ ਕਰਜ਼ਾ ਹੈ ਨਾ ਕੋਈ ਸ਼ਾਇਦ। ਬਾਹਰੋਂ ਕੋਈ ਵੀ ਗੱਡੀ ਗਿਣੋ ਤਾਂ ਉਹਦੇ ਉੱਤੇ ਕਰਜ਼ਾ ਹੁੰਦੇ, ਨੰਬਰ ਮਸ਼ਕੂਕ ਹੋਣੇ, ਸੌ ਮਸਲੇ ਮਸਲਹਿਤ ਹੋਣੇ ਕਿ ਇਹ ਨੰਬਰ ਹੈ ਜਿਹੜਾ ਇਹ ਪੀਰ ਦੇ ਨਾਂ ਹੈ ਆਪਣੇ, 3-3 ਸਾਲਾਂ ਦੇ ਰੂਟ ਹੀ ਹਨ ਪਏ, ਸਾਰਾ ਕੁਝ ਕੱਲੀਆ ਰੇ, ਕਾਗਜ਼ ਇੱਕ ਨੰਬਰ ਹਨ। ਲਿਹਾਜ਼ਾ ਅਸਾਂ ਆਪਣੇ ਕਾਗਜ਼ ਕਹਿਣਾ ਦੇਸੂੰ, ਬਾਡੀ ਵੀ ਕਹਿਣਾ ਦੇਸੂੰ, ਫਰੇਮ ਉਹ ਚੈੱਕ ਵੈਸੇ ਨਾ ਆਪਣਾ। ਅਤੇ ਟੋਲ ਪਲਾਜ਼ੇ ਦੇ ਬਾਰੇ ਤੁਸੀਂ ਪੁੱਛਿਆ ਬਾਈ ਜਾਨ, 100 ਕਿਲੋਮੀਟਰ ਦੇ ਵਿੱਚ 300 ਰੁਪਇਆ ਈ ਵੱਡੀ ਗੱਡੀ ਦਾ ਟੋਲ ਪਲਾਜ਼ਾ ਜ਼ਿਆਦਾ ਹੈ, ਔਰ ਐੱਫ ਬੀ ਦਾ 100 ਕਿਲੋਮੀਟਰ ਪਿੱਛੇ 300 ਰੁਪਇਆ ਘੱਟ ਹੈ। ਜਿੱਥੇ 100 ਕਿਲੋਮੀਟਰ ਕਰੇ ਸੋ ਉਤਨੇ 300 ਫਾਲਤੂ ਲੱਗ ਸਨ। ਇਹ ਜਨਾਬ ਮਲੂਮਾਤ ਆਈ, ਇਹ ਸਾਡੀ ਵੀਡੀਓ ਆਈ। ਦੁਆ ਕਰੋ ਪਾਲਟੀ ਆਉਂਦੀ ਹੈ ਅਤੇ ਗੱਡੀ ਛਿੱਕ ਵੈਂਦੀ ਹੈ, ਇਹ ਤੋਂ ਅੱਗੋਂ ਆਉਣ ਵਾਲੀ ਵੀਡੀਓ ਦੱਸੇ ਸੂੰ ਕਿਆ ਬਣਿਆ ਕਿਆ ਨਾ ਬਣਿਆ। ਜੋ ਵੀ ਸਿਸਟਮ ਹੋ ਸੀ, ਨਵੀਂ ਵੀਡੀਓ ਗਿਣ ਕੇ ਹਾਜ਼ਰ ਥੀ ਸੂੰ। ਹੁਣ ਤੁਸੀਂ ਸਾਕੋ ਇਜਾਜ਼ਤ ਦਿਓ, ਹਾਜੀ ਨਦੀਮ ਸਾਹਿਬ ਔਰ ਤੁਹਾਡਾ ਭਰਾ ਬਿਲਾਲ ਮਲੰਗੀ, ਰਹੀ ਜ਼ਿੰਦਗੀ ਤਾਂ ਵੱਲ ਮਿਲਸੂੰ, ਅੱਲਾ ਹਾਫਿਜ਼।